ਯਾਦਵਿੰਦਰ ਜੀ ਜੋ ਅੱਜ ਘਟਨਾ ਵਾਪਰੀ ਹੈ ਤੁਸੀਂ ਦੋਨੋਂ ਪੱਖ ਸੁਣੇ ਨੇ ਦੋਨੋਂ ਧਿਰਾਂ ਦੇ ਅਸਲ ਦੇ ਵਿੱਚ ਕੀ ਘਟਨਾ ਵਾਪਰੀ ਹੈ ਕੀ ਕਹਿ ਰਹੀਆਂ ਨੇ ਦੋਨੋਂ ਧਿਰਾਂ ਗੁਰਦੇਵ ਸਿੰਘ ਨੋਨੀ ਮਾਨ ਹੋਰਾਂ ਦਾ ਕਹਿਣਾ ਸੀਗਾ ਕਿ ਸਾਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਉਹਨਾਂ ਨੇ ਤਾਂ ਇਹੀ ਕਹਿਤਾ ਕਿ ਮੇਰੀ ਗੱਡੀ ਨੂੰ ਟਾਰਗੇਟ ਕੀਤਾ ਗਿਆ ਅਤੇ ਇਹ ਕਿਸਾਨਾਂ ਦੇ ਭੇਸ 'ਚ ਕਾਂਗਰਸੀ ਨੇ ਇਹ ਜ਼ਰੂਰ ਮੰਨਿਓ ਕਿ ਫਾਇਰ ਮੈਂ ਕੀਤੇ ਨੇ ਪਰ ਆਪਣੀ ਸਵੈ ਰੱਖਿਆ ਲਈ ਕੀਤੇ ਨੇ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਪਿਸਟਲ ਮੈਂ ਖੇਡਣ ਲਈ ਨਹੀਂ ਰੱਖਿਆ ਜਦੋਂ ਲੋੜ ਪਏਗੀ ਤਾਂ ਮੈਂ ਇਹਦੀ ਵਰਤੋਂ ਕਰਾਂਗਾ ਪਰ ਆਪਣੀ ਸਵੈ ਰੱਖਿਆ ਦੇ ਲਈ ਵਹਿਮਾਂ ਹੋਰਾਂ ਦਾ ਇਹ ਕਹਿਣਾ ਹੈਗਾ ਕਿ ਸਾਡਾ ਪ੍ਰੋਗਰਾਮ ਬਣਿਆ ਹੋਇਆ ਸੀ ਸਾਨੂੰ ਕਿਹਾ ਗਿਆ ਸੀ ਆ ਕੇ ਸਵਾਲ ਕਰ ਲਿਓ ਜਿੰਦੂ ਦੀ ਗੱਲ ਕਰ ਰਹੇ ਨੇ ਉਹ ਸਾਬਕਾ MLA ਨੇ ਜਿਹੜੇ ਜਾਂ ਅਫਸਰਾਂ ਦੀ ਗੱਲ ਕਰ ਰਹੇ ਨੇ ਕਿ ਇਹਨਾਂ ਨੇ ਸਾਨੂੰ ਕਮਿਟਮੈਂਟ ਕੀਤੀ ਸੀ ਕਿ ਤੁਸੀਂ ਇਹ ਗੱਲ ਬਕਾਇਦਾ ਤੌਰ 'ਤੇ ਆ ਕੇ ਰੱਖ ਸਕਦੇ ਹੋ ਆਪਣੇ ਸਵਾਲ ਕਰ ਸਕਦੇ ਹੋ ਟੈਸਟ ਕਰਨਾ ਸਾਡਾ ਹੱਕ ਆ ਅਸੀਂ ਨਾਅਰੇਬਾਜ਼ੀ ਕਰ ਰਹੇ ਹੋਵਾਂਗੇ ਪਰ ਸਾਡੇ ਉੱਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿਣਾ ਸਾਨੂੰ 1.5 ਕਿਲੋਮੀਟਰ ਅੱਗੇ ਧੂਇਆ ਗਿਆ ਗੱਡੀ ਦੇ ਬੋਰਨੇਟ ਦੇ ਉੱਤੇ ਪਾ ਕੇ ਯਾਦਵਿੰਦਰ ਜੀ ਜੋ ਅੱਜ ਘਟਨਾ ਵਾਪਰੀ ਹੈ ਤੁਸੀਂ ਦੋਨੋਂ ਪੱਖ ਸੁਣੇ ਨੇ ਦੋਨੋਂ ਧਿਰਾਂ ਦੇ ਅਸਲ ਦੇ ਵਿੱਚ ਕੀ ਘਟਨਾ ਵਾਪਰੀ ਹੈ ਕੀ ਕਹਿ ਰਹੀਆਂ ਨੇ ਦੋਨੋਂ ਧਿਰਾਂ ਦੇਖੋ ਆਪੋ ਆਪਣੇ ਪੱਖ ਨੇ ਦੋਵੇਂ ਧਿਰਾਂ ਦੇ ਕਿਸਾਨ ਸਵਾਲ ਕਰ ਰਹੇ ਨੇ ਤਾਂ ਆਪਾਂ ਨੂੰ ਸਭ ਨੂੰ ਪਤਾ ਅਤੇ ਸਵਾਲ ਉਹ ਬਹੁਤ ਸਾਰੇ ਲੀਡਰਾਂ ਨੂੰ ਕਰ ਰਹੇ ਨੇ ਬਹੁਤ ਸਾਰੀਆਂ ਪਾਰਟੀਆਂ ਨੂੰ ਕਰ ਰਹੇ ਨੇ ਪਰ ਅੱਜ ਦੀ ਘਟਨਾ 'ਚ ਕਿਉਂਕਿ ਦੋਵਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹਰਨੇਕ ਸਿੰਘ ਮਹਿਮਾ ਹੋਰਾਂ ਨਾਲ ਗੱਲਬਾਤ ਕੀਤੀ ਅਤੇ ਦੂਜੇ ਪਾਸੇ ਅਸੀਂ ਬਰਦੇਵ ਸਿੰਘ ਨੋਨੀ ਮਾਨ ਨਾਲ ਵੀ ਗੱਲਬਾਤ ਕੀਤੀ ਬਰਦੇਵ ਸਿੰਘ ਨੋਨੀ ਮਾਨ ਹੋਰਾਂ ਦਾ ਕਹਿਣਾ ਸੀਗਾ ਕਿ ਸਾਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਉਹਨਾਂ ਨੇ ਤਾਂ ਇਹੀ ਕਹਿਤਾ ਕਿ ਮੇਰੀ ਗੱਡੀ ਨੂੰ ਟਾਰਗੇਟ ਕੀਤਾ ਗਿਆ ਅਤੇ ਇਹ ਕਿਸਾਨਾਂ ਦੇ ਭੇਸ 'ਚ ਕਾਂਗਰਸੀ ਨੇ ਉਹ ਤਾਂ ਇਹ ਮੰਨੇ ਹੀ ਨਹੀਂ ਗੱਲ ਨੂੰ ਕਿ ਇਹ ਕਿਸਾਨ ਨੇ ਇਹ ਤਾਂ ਕਾਂਗਰਸੀ ਨੇ ਜਦੋਂ ਮੈਂ ਉਹਨਾਂ ਨੂੰ ਵਾਰ ਵਾਰ ਕਿਹਾ ਕਿ ਤੁਹਾਡੀ ਗੱਡੀ 'ਤੇ ਤਾਂ ਹਰਨੇਕ ਸਿੰਘ ਮਹਿਮਾ ਸੀ ਹਰਨੇਕ ਸਿੰਘ ਮਹਿਮਾ ਇਹ ਸਟੇਟਮੈਂਟ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਗੱਲ ਦਾ ਮੈਨੂੰ ਨਹੀਂ ਪਤਾ ਉਹ ਕੀ ਕਹਿੰਦੇ ਨੇ ਮੈਂ ਸਟੇਟਮੈਂਟਾਂ ਦੇਖਾਂਗਾ ਬਾਅਦ 'ਚੋਂ ਗੱਲ ਕਰਾਂਗਾ ਇਹ ਜ਼ਰੂਰ ਮੰਨਿਓ ਕਿ ਫਾਇਰ ਮੈਂ ਕੀਤੇ ਨੇ ਪਰ ਆਪਣੀ ਸਵੈ ਰੱਖਿਆ ਲਈ ਕੀਤੇ ਨੇ ਹਵਾਈ ਫਾਇਰ ਕੀਤੇ ਆ ਮੈਂ ਮੇਰੇ ਗਨਮੈਨ ਨੇ ਵੀ ਗੋਲੀ ਚਲਾਈ ਹੈ ਮੈਂ ਵੀ ਗੋਲੀ ਚਲਾਈ ਹੈ ਅਤੇ ਮੈਂ ਫਾਇਰ ਨੇ ਜਿਹੜੇ ਉਹ ਹਵਾ 'ਚ ਕੀਤੇ ਨੇ ਹਵਾਈ ਫਾਇਰ ਕੀਤੇ ਨੇ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਪਿਸਟਲ ਮੈਂ ਖੇਡਣ ਲਈ ਨਹੀਂ ਰੱਖਿਆ ਜਦੋਂ ਲੋੜ ਪਏਗੀ ਤਾਂ ਮੈਂ ਇਹਦੀ ਵਰਤੋਂ ਕਰਾਂਗਾ ਪਰ ਆਪਣੀ ਸਵੈ ਰੱਖਿਆ ਦੇ ਲਈ ਆਪਣੀ ਸਵੈ ਰੱਖਿਆ ਲਈ ਮੈਂ ਕੀਤਾ ਦੂਜੇ ਪਾਸੇ ਮਹਿਮਾ ਹੋਰਾਂ ਦਾ ਇਹ ਕਹਿਣਾ ਹੈਗਾ ਕਿ ਸਾਡਾ ਪ੍ਰੋਗਰਾਮ ਬਣਿਆ ਹੋਇਆ ਸੀ ਸਾਨੂੰ ਕਿਹਾ ਗਿਆ ਸੀ ਆ ਕੇ ਸਵਾਲ ਕਰ ਲਿਓ ਸਾਡੇ ਨਾਲ ਗੱਲਬਾਤ ਹੋਈ ਸਾਨੂੰ ਨਹੀਂ ਵੀ ਸਵਾਲ ਕਰਨੇ ਸੀ ਫਿਰ ਵੀ ਕੋਈ ਗੱਲ ਨਹੀਂ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਇਹਨਾਂ ਨੇ ਜਿੰਦੂ ਦੀ ਗੱਲ ਕਰ ਰਹੇ ਨੇ ਉਹ ਸਾਬਕਾ MLA ਨੇ ਜਿਹੜੇ ਜਾਂ ਅਫਸਰਾਂ ਦੀ ਗੱਲ ਕਰ ਰਹੇ ਨੇ ਕਿ ਇਹਨਾਂ ਨੇ ਸਾਨੂੰ ਕਮਿਟਮੈਂਟ ਕੀਤੀ ਸੀ ਕਿ ਤੁਸੀਂ ਇਹ ਗੱਲ ਬਕਾਇਦਾ ਤੌਰ 'ਤੇ ਆ ਕੇ ਰੱਖ ਸਕਦੇ ਹੋ ਆਪਣੇ ਸਵਾਲ ਕਰ ਸਕਦੇ ਹੋ ਚਲੋ ਸਵਾਲ ਨਹੀਂ ਹੋਏ ਉਸ ਤੋਂ ਬਾਅਦ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਜਾਂਦਿਆਂ ਜਾਂਦਿਆਂ ਇਹ ਗੱਲ ਇਸ ਹੱਦ ਤੱਕ ਕਰਨੀ ਪ੍ਰੋਟੈਸਟ ਕਰਨਾ ਸਾਡਾ ਹੱਕ ਆ ਅਸੀਂ ਨਾਅਰੇਬਾਜ਼ੀ ਕਰ ਰਹੇ ਹੋਵਾਂਗੇ ਪਰ ਸਾਡੇ ਉੱਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿਣਾ ਸਾਨੂੰ 1.5 ਕਿਲੋਮੀਟਰ ਅੱਗੇ ਧੂਇਆ ਗਿਆ ਗੱਡੀ ਦੇ ਬੋਰਨੇਟ ਦੇ ਉੱਤੇ ਪਾ ਕੇ ਬੋਰਨੇਟ 'ਤੇ ਉਹ ਕਹਿੰਦੇ ਮੈਂ ਤਾਂ ਚੜ੍ਹਿਆ ਕਿਉਂਕਿ ਬਾਕੀਆਂ ਦੇ ਉੱਤੇ ਗੱਡੀ ਚੜ੍ਹਾਈ ਜਾ ਰਹੀ ਸੀ ਗੱਡੀ ਰੋਕੀ ਨਹੀਂ ਜਾ ਰਹੀ ਸੀ ਉਹ ਕਹਿ ਰਿਹਾ ਨੋਨੀ ਕਹਿ ਰਿਹਾ ਮੈਨੂੰ ਮਾਰਿਆ ਜਾ ਰਿਹਾ ਸੀ ਤਾਂ ਇਹ ਆਪੋ ਆਪਣੇ ਪੱਖ ਨੇ ਦੋਵੇਂ ਪੱਖਾਂ ਦੇ ਹੀ ਕਹਿਣਾ ਉਹਨਾਂ ਨੇ ਵੀ ਕਹਿਣਾ 307 ਦਰਜਾ ਹੋਵੇ ਇਹਨਾਂ ਨੇ ਵੀ ਕਿਹਾ 307 ਹੋਵੇ ਮਹਿਮਾ ਹੋਰਾਂ ਦਾ ਕਹਿਣਾ 307 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਵੀ ਕਿਹਾ 307 ਦਾ ਇਰਾਦਾ ਕਤਲ ਦਾ ਜਿਹੜਾ ਪਰਚਾ ਆਉਂਦਾ ਸੁਖਬੀਰ ਬਾਦਲ ਨੇ ਕਿਹਾ ਪਿੰਕੀ ਨੇ ਕਰਾਇਆ ਇਹ ਪਿੰਕੀ ਦੇ ਗੁੰਡੇ ਨੇ ਦੂਜੇ ਪਾਸੇ ਪਿੰਕੀ ਕਹਿ ਰਹੇ ਨੇ ਸਭ ਝੂਠ ਆ ਤੀਜੇ ਪਾਸੇ ਹਰਨੇਕ ਮਹਿਮਾ ਕਹਿੰਦੇ ਕਿ ਮੈਂ ਤਾਂ ਪਿੰਕੀ ਨੂੰ ਕਦੇ ਇੱਕ ਵਾਰ ਮਿਲਿਆਂਗਾ ਮੇਰਾ ਤਾਂ ਪਿੰਕੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ ਤਾਂ ਮਸਲਾ ਦੋਵੇਂ ਪੱਖਾਂ ਦਾ ਨਹੀਂ ਮਸਲਾ ਪੰਜਾਬ ਦਾ ਪੰਜਾਬ ਦੇ ਅੰਦਰ ਇਹ ਟਕਰਾਅ ਦੀ ਸਥਿਤੀ ਨਾ ਬਣੇ ਕਿਸਾਨ ਮੋਰਚੇ ਨੇ ਇਸੇ ਕਰਕੇ ਕਿਹਾ ਸਵਾਲ ਕਰੋ ਘਿਰਾਓ ਕਰੋ ਇਸ ਤੋਂ ਵੱਧ ਕੁਛ ਨਹੀਂ ਕਰਨਾ ਇਹ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜੇ ਕਿਤੇ ਗੜਬੜ ਹੋ ਜਾਏਗੀ ਸਾਡਾ ਹੀ ਨੁਕਸਾਨ ਹੋ ਜਾਏਗਾ ਤਾਂ ਪਰ ਕਿਉਂਕਿ ਅਸੀਂ ਦੇਖ ਰਹੇ ਹਾਂ ਚਾਹੇ ਕਾਂਗਰਸੀ ਨੇ ਅਕਾਲੀ ਨੇ ਇਹ ਨਹੀਂ ਇੱਕ ਥਾਂ ਦੇ ਉੱਤੇ ਬਹੁਤ ਸਾਰੀਆਂ ਥਾਵਾਂ 'ਤੇ ਟਕਰਾਅ ਵੀ ਹੋਏ ਨੇ ਸਵਾਲ ਵੀ ਹੋਏ ਨੇ ਘਿਰਾਓ ਵੀ ਹੋਇਆ ਉਗਰਾਹਾਂ ਹੋਰਾਂ ਦਾ ਇਹ ਸਟੈਂਡ ਸੀ ਕਿ ਹੋਣਾ ਹੀ ਨਹੀਂ ਚਾਹੀਦਾ ਸਾਡਾ ਮੇਨ ਦੁਸ਼ਮਣ BJP ਹੈ ਸਿਰ BJP ਦੇ ਨਾਲ ਜਿਹੜਾ ਸਾਨੂੰ ਘਿਰਾਓ ਕਰਨਾ ਚਾਹੀਦਾ ਬਾਕੀ ਪਾਰਟੀਆਂ ਉਸੇ ਖਾਤੇ ਨਹੀਂ ਰੱਖਣੀਆਂ ਚਾਹੀਦੀਆਂ ਮੁੱਖ ਦੁਸ਼ਮਣ ਨਾਲ ਲੜਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਨੇ ਕਹੀ ਸੀ ਪਰ ਅਸੀਂ ਦੇਖ ਰਹੇ ਹਾਂ ਕਿ ਕਿਤੇ ਨਾ ਕਿਤੇ ਬੜੇ ਚਿਰਾਂ ਬਾਅਦ ਹੋਇਆ ਅੱਜ ਵਾਲਾ ਕਿਤੇ ਨਾ ਕਿਤੇ ਥੋੜ੍ਹੇ ਦਿਨਾਂ ਬਾਅਦ 15-20 ਦਿਨਾਂ ਬਾਅਦ ਮਹੀਨੇ ਬਾਅਦ ਟਕਰਾਅ ਹੋ ਜਾਂਦਾ ਅੱਗੇ ਆ ਰਹੀਆਂ ਨੇ ਚੋਣਾਂ ਇਸ ਕਰਕੇ ਚੀਜ਼ਾਂ ਦੇ ਬਾਰੇ ਇੱਕ ਸਮਝ ਬਣਾਉਣ ਦੀ ਲੋੜ ਆ ਸੰਯੁਕਤ ਮੋਰਚਾ ਵੀ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰੇ ਅਤੇ ਪਾਰਟੀਆਂ ਨੂੰ ਵੀ ਚਾਹੀਦਾ ਕਿ ਅਲਟੀਮੇਟ ਹਿੱਤ ਤਾਂ ਪੰਜਾਬ ਦੇ ਨੇ ਨਾ ਕਿਸਾਨ ਜਥੇਬੰਦੀਆਂ ਤਾਂ ਕੋਈ ਆਪਦੇ ਲਈ ਤਾਂ ਲੜ ਨਹੀਂ ਰਹੀਆਂ ਉਹਨਾਂ ਦਾ ਕੋਈ ਪਰਸਨਲ ਏਜੰਡਾ ਪਾਰਟੀਆਂ ਵੀ ਕਲੇਮ ਕਰਦੀਆਂ ਨੇ ਕਿ ਅਸੀਂ ਆਪਣੇ ਲਈ ਨਹੀਂ ਰਾਜਨੀਤੀ ਕਰਦੀਆਂ ਲੋਕਾਂ ਲਈ ਕਰਦੇ ਤਾਂ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖ ਕੇ ਹੀ ਜਿਹੜਾ ਉਹ ਹੋਣਾ ਚਾਹੀਦਾ ਸਿਆਸੀ ਪਾਰਟੀਆਂ ਨੂੰ ਲੋਕ ਸਵਾਲ ਤਾਂ ਕਰਦੇ ਆ ਕਾਂਗਰਸ ਨੂੰ ਵੀ ਕਰਦੇ ਆ ਆਪ ਨੂੰ ਕਰਦੇ ਆ BJP ਨੂੰ ਕਰਦੇ ਸਭ ਨੂੰ ਕਰ ਰਹੇ ਨੇ
ਤੇ ਸਵਾਲ ਕਰਨਾ ਲੋਕਤੰਤਰ 'ਚ ਕੋਈ ਮਾੜੀ ਗੱਲ ਨਹੀਂ, ਪਰ ਨਾਲ ਦੀ ਨਾਲ ਇੱਕ ਜ਼ਿੰਮੇਵਾਰੀ ਵੀ ਆ। ਉਹ ਸੰਯੁਕਤ ਮੋਰਚੇ ਨੇ ਵਾਰ ਵਾਰ ਕਿਹਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ, ਕਿਸੇ ਨਾਲ ਗੜਬੜ ਨਹੀਂ ਕਰਨੀ, ਕੋਈ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦੇਣਾ ਜਿਹਦੇ ਨਾਲ ਬਦਨਾਮੀ ਹੋਵੇ। ਪਰ ਦੂਜੇ ਪਾਸੇ ਕਿਸਾਨ ਕਹਿੰਦੇ ਕਿ ਲਖੀਮਪੁਰ ਖੀਰੀ ਵਰਗੀ ਘਟਨਾ ਬਣਾਉਣ ਦੀ ਕੋਸ਼ਿਸ਼ ਇਹਨੂੰ ਕੀਤੀ ਗਈ ਸੀ। ਤਾਂ ਹੁਣ ਦੇਖਦੇ ਹਾਂ ਅੱਗੇ ਹੋਏਗੀ, ਕਿਸਾਨ ਜਥੇਬੰਦੀਆਂ ਦਾ ਆਪਣਾ ਰੁੱਖ ਹੋਏਗਾ ਅਤੇ ਅਕਾਲੀ ਦਲ ਆਪਣਾ ਰੁੱਖ ਲਏਗਾ। ਯਾਦਵਿੰਦਰ ਜੀ, ਜੇਕਰ ਦੇਖੀਏ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ, ਹਰੇਕ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਵੀ ਕਰਨਾ ਅਤੇ ਆਉਣ ਵਾਲੇ ਦਿਨਾਂ 'ਚ ਤਾਂ ਸਰਗਰਮੀਆਂ ਤੇਜ਼ ਵੀ ਹੋਣਗੀਆਂ, ਪਰ ਦੂਜੇ ਪਾਸੇ 26 ਨਵੰਬਰ ਤੋਂ ਬਾਅਦ ਕਿਸਾਨਾਂ ਦੀਆਂ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਨੇ। ਫਿਰ ਕੀ ਹੋਣਾ ਚਾਹੀਦਾ, ਕਿਹੜਾ ਇਸ ਤਰ੍ਹਾਂ ਦਾ ਰਾਹ ਹੋਵੇ ਜਿਹੜਾ ਪੰਜਾਬ ਦੇ ਹਿੱਤ 'ਚ ਹੋਵੇ? ਦੇਖੋ, ਇੱਕ ਤਾਂ ਸੰਯੁਕਤ ਕਿਸਾਨ ਮੋਰਚਾ ਜੇ ਤੈਅ ਕਰ ਲੈਂਦਾ ਕਿ ਜਿਵੇਂ ਹੁੰਦਾ ਨਾ ਕਿ ਕੋਈ ਵੀ ਗੱਲ ਦੇ ਅੰਦਰ ਤੁਹਾਡੇ ਪੂਰੇ ਪੰਜਾਬ 'ਚ ਮੰਨ ਲਓ ਨੁਮਾਇੰਦੇ ਨੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੋ ਕਿ ਕੱਲ੍ਹ ਕੀ ਕਰਨਾ ਤੁਸੀਂ। ਸੰਯੁਕਤ ਕਿਸਾਨ ਮੋਰਚਾ ਇੱਕ ਇਸ ਤਰ੍ਹਾਂ ਦੀ ਬਾਡੀ ਬਣਾ ਸਕਦਾ ਕਿ ਭਾਈ ਕੱਲ੍ਹ ਕੀ ਕਰ ਰਹੇ ਹੋ, ਕਿਹਦਾ ਘਿਰਾਓ ਕਰ ਰਹੇ ਹੋ, ਉਹ ਕਿਸ ਤਰੀਕੇ ਦੇ ਨਾਲ ਹੋ ਰਿਹਾ ਗਾ, ਹੈ ਨਾ, ਤਾਂ ਕਿ ਕੰਟਰਾਡਿਕਸ਼ਨ ਨਾ ਆਵੇ। ਹਾਲਾਂਕਿ ਆਜ਼ਾਦੀ ਹੈ ਇਹ ਕਿਸੇ ਦੀ, ਇਹ ਜ਼ਰੂਰੀ ਨਹੀਂ ਹੈ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਬਿਨਾਂ ਕੋਈ ਸਵਾਲ ਨਹੀਂ ਕਰ ਸਕਦਾ ਲੀਡਰ ਨੂੰ, ਕਰ ਸਕਦਾ, ਉਹਦਾ ਹੱਕ ਆ। ਲੋਕਤੰਤਰ 'ਚ ਹਰ ਇੱਕ ਆਮ ਵਿਅਕਤੀ ਦਾ ਵੀ ਹੱਕ ਆ ਕਿਸੇ ਮਰਜ਼ੀ ਪਾਰਟੀ ਨੂੰ ਸਵਾਲ ਕਰੇ, ਪਰ ਇਹ ਕੋਈ ਗੜਬੜ ਨਾ ਹੋਵੇ। ਕੋਈ ਸ਼ਰਾਰਤੀ ਬੰਦੇ ਕਈ ਵਾਰ ਕੋਈ ਫਾਇਦਾ ਉਠਾ ਜਾਂਦੇ ਨੇ, ਕੋਈ ਗਲਤ ਬੰਦੇ ਫਾਇਦਾ ਉਠਾ ਜਾਂਦੇ ਨੇ, ਉਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਗਾ। ਦੂਜੀ ਗੱਲ ਇਹ ਹੈ ਕਿ ਚੋਣਾਂ ਆ ਰਹੀਆਂ ਨੇ, ਚੋਣਾਂ ਦੇ ਮਾਹੌਲ 'ਚ ਤਾਂ ਫਿਰ ਹੋਰ ਵੀ ਤਿੱਖਾ ਮਾਹੌਲ ਬਣੇਗਾ। ਅਸੀਂ ਪਿਛਲੀ ਵਾਰ ਵੀ ਦੇਖਿਆ ਸੀ, ਚੋਣਾਂ ਵੇਲੇ ਹੋਰ ਤਿੱਖਾ ਹੋ ਜਾਂਦਾ। ਲੋਕਾਂ 'ਚ ਬਹੁਤ ਸਾਰੇ ਸਵਾਲ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਹੈਗੇ ਨੇ, ਕਿਉਂਕਿ ਜਿਨ੍ਹਾਂ ਨੇ ਰਾਜ ਕੀਤਾ, ਸਾਰੀਆਂ ਪਾਰਟੀਆਂ ਨੇ, ਜਿਹੜੀਆਂ ਰਾਜ ਕਰਨ ਵਾਲੀਆਂ ਪਾਰਟੀ, ਉਹਨਾਂ ਬਾਰੇ ਜ਼ਿਆਦਾ ਗੁੱਸਾ ਹੁੰਦਾ, ਜਿਹੜੇ ਕਰ ਚੁੱਕੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਦਾ ਹੁੰਦਾ ਕਿ ਕਰਨਗੇ ਜਾਂ ਕਰ ਰਹੇ ਨੇ, ਉਹਨਾਂ ਨੂੰ ਲੈ ਕੇ ਜ਼ਿਆਦਾ ਸਵਾਲ ਹੁੰਦੇ ਨੇ। ਇਸ ਕਰਕੇ ਇਹ ਸਾਰੀ ਚੀਜ਼ ਦੀ ਇੱਕ ਅੰਡਰਸਟੈਂਡਿੰਗ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਬਣਾਉਣੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਹੀ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ। ਜਿਹੜੀ ਮੈਂ ਵਾਰ ਵਾਰ ਗੱਲ ਕਹਿ ਰਿਹਾ ਕਿ ਪੰਜਾਬ ਇੰਪੋਰਟੈਂਟ ਆ, ਪਾਰਟੀਆਂ ਇੰਪੋਰਟੈਂਟ ਨਹੀਂ ਆ, ਅਤੇ ਨਾ ਹੀ ਜੇ ਪੰਜਾਬ ਵਧੀਆ ਰਹੇਗਾ ਪਾਰਟੀਆਂ ਰਾਜਨੀਤੀ ਤਾਂ ਹੀ ਕਰ ਸਕਣਗੀਆਂ। ਕੋਈ ਵੀ ਇਸ ਤਰ੍ਹਾਂ ਦਾ ਅਣਸਿਖਾਵਾਂ ਮਾਹੌਲ ਨਾ ਬਣੇ। ਕਨਫਰੰਟੇਸ਼ਨ ਦੀ ਪੋਲੀਟਿਕਸ ਤੋਂ ਬਚਣਾ ਚਾਹੀਦਾ, ਬੇਸਿਕਲੀ ਕਨਫਰੰਟੇਸ਼ਨ ਦੀ ਪੋਲੀਟਿਕਸ 'ਚੋਂ ਨਿਕਲਣਾ ਕੁਛ ਨਹੀਂ, ਉਹ 'ਚ ਨੁਕਸਾਨ ਹੋ ਜਾਂਦਾ। ਤਾਂ ਕਿਵੇਂ ਉਹ ਆਪਣਾ ਪ੍ਰਚਾਰ ਕਰਦੇ ਨੇ, ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਕਿਹਾ ਸੀ ਕਿ ਜਾਂ ਕਈ 32 ਜਥੇਬੰਦੀਆਂ ਨੇ ਕਿਹਾ ਸੀ ਪੰਜਾਬ 'ਚ ਕਿ ਕੋਈ ਵੀ ਪਾਰਟੀ ਪੋਲੀਟੀਕਲ ਪ੍ਰੋਗਰਾਮ ਨਹੀਂ ਕਰੇਗੀ, ਉਹਦੇ ਬਾਵਜੂਦ ਆਪਾਂ ਸਾਰੀਆਂ ਪਾਰਟੀਆਂ ਦੇਖ ਰਹੇ ਹਾਂ, ਇੱਕ ਵੀ ਪਾਰਟੀ ਜਿਹੜੀ ਨਹੀਂ ਕਰ ਰਹੀ, ਆਪ ਵਾਲੇ ਵੀ ਕਰ ਰਹੇ ਨੇ, ਅਕਾਲੀ ਵੀ ਕਰ ਰਹੇ ਨੇ, ਕਾਂਗਰਸ ਵੀ ਕਰ ਰਹੇ ਨੇ। ਉਹਨਾਂ ਨੇ ਤਰੀਕੇ ਬਦਲਤੇ ਥੋੜ੍ਹੇ ਜਿਹੇ, ਵੱਡੀਆਂ ਰੈਲੀਆਂ ਦੀ ਥਾਂ ਛੋਟੀਆਂ ਰੈਲੀਆਂ ਕਰਨ ਲੱਗ ਗਏ, ਛੋਟੇ ਪ੍ਰੋਗਰਾਮ ਕਰਨ ਲੱਗ ਗਏ। ਇਹ ਸੰਯੁਕਤ ਮੋਰਚੇ ਨੇ 32 ਜਥੇਬੰਦੀਆਂ ਨੇ ਕਿਹਾ ਸੀ ਕਿ ਬਹੁਤ ਕੋਈ ਲੋੜੀਂਦਾ ਸਰਕਾਰ ਦਾ ਪ੍ਰੋਗਰਾਮ ਆ ਹੋ ਸਕਦਾ, ਬਹੁਤ ਕੋਈ ਜ਼ਰੂਰੀ ਆ ਕਿਸੇ ਪੋਲੀਟੀਕਲ ਪਾਰਟੀ ਦਾ ਹੋ ਸਕਦਾ, ਪਰ ਅਲਟੀਮੇਟਲੀ ਅਸੀਂ ਦੇਖ ਰਹੇ ਹਾਂ ਸਾਰੀਆਂ ਪਾਰਟੀਆਂ ਉਸੇ ਰਾਹ ਪੈ ਗਈਆਂ। ਤਾਂ ਇਸ ਕਰਕੇ ਜ਼ਰੂਰੀ ਇਹ ਆ ਕਿ ਕੰਟਰਾਡਿਕਸ਼ਨ ਨਾ ਵਧੇ, ਕੋਈ ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਹੋਵੇ ਜਿਹਦੇ 'ਚੋਂ ਪੰਜਾਬ ਦਾ ਨੁਕਸਾਨ ਹੋ ਜੇ, ਅਣਸਿਖਾਵਾਂ ਮਾਹੌਲ ਬਣੇ। ਕਨਫਰੰਟੇਸ਼ਨ ਦੀ ਪੋਲੀਟਿਕਸ 'ਚੋਂ ਹਮੇਸ਼ਾ ਨੁਕਸਾਨ ਲੋਕਾਂ ਨੂੰ ਉਠਾਉਣਾ ਪੈਂਦਾ ਹੁੰਦਾ, ਇਸ ਕਰਕੇ ਕਨਫਰੰਟੇਸ਼ਨ ਦੀ ਪੋਲੀਟਿਕਸ 'ਚੋਂ ਸਾਰੀਆਂ ਧਿਰਾਂ ਨੂੰ ਹੀ ਬਚਣਾ ਚਾਹੀਦਾ।